ਤੇਰੇ ਬਾਰੇ ਜੇ ਮੈਂ ਦੋ ਲੈਣਾ ਕਹਾਂ ਨਾ, ਉਹ ਅੱਤ ਕਥਨੀ ਨਹੀਂ ਗੀ ਭਗਵੰਤ ਮਾਨ, ਕਿ ਬਾਂਦਰਾ ਹੱਥ ਬਗੀਚੇ ਆਏ, ਬਾਂਦਰਾ ਹੱਥ ਬਗੀਚੇ ਆਏ, ਬੜਾ ਮਾੜਾ ਇਹ ਹਸ਼ਰ ਕਰਨਗੇ, ਖਿੜਿਆ ਬਾਗ ਉਜਾੜਨਗੇ ਤੇ ਕਰਤੂਤਾਂ ਉੱਤੇ ਫਖਰ ਕਰਨਗੇ। ਤੈਨੂੰ ਜਿਸ ਦਿਨ ਮੈਂ ਬੋਲਿਆ ਸੀਗਾ ਇੱਥੋਂ ਮੰਤਰੀ ਸਾਰੀ ਦੱਸਣ ਲੱਗਾ ਵੀ ਕਰਤੂਤ ਕੀ ਹੈ, ਕਿ ਪੁਲਿਸ ਕੀ ਚਾਹੁੰਦੀ ਸੀ, ਆਲਾ ਅਫਸਰ ਕੀ ਚਾਹੁੰਦੇ ਸੀਗੇ ਤੇ ਤੂੰ ਕੀ ਚਾਹੁੰਦਾ ਸੀਗਾ। ਤੈਨੂੰ ਜਿਸ ਦਿਨ ਮੈਂ ਬੋਲਿਆ ਸੀਗਾ ਉਹ ਤੋਂ ਮਹਿਜ 3 ਦਿਨ ਪਹਿਲਾਂ ਮੇਰੇ ਕੋਲ ਘਰ ਇੱਕ ਇੰਟੈਲੀਜੈਂਸ ਦਾ ਅਫਸਰ ਮੇਰੇ ਕੋਲ ਆਉਂਦਾ, ਉਸ ਤੇਰੇ ਇੰਟੈਲੀਜੈਂਸ ਦੇ ਅਫਸਰ ਨੇ ਮੈਨੂੰ ਇੱਕ ਵੀਡੀਓ ਸੁਣਾਈ ਜਿਹਦੇ ਵਿੱਚ ਇੱਕ ਬਹੁਤ ਕੱਟੜ ਬੰਦਾ ਮੈਨੂੰ ਕਹਿ ਰਿਹਾ ਮੇਰੇ ਬਾਰੇ ਕਿ ਮਨਦੀਪ ਸਿੰਘ ਮੰਨੇ ਨੂੰ ਕਹੋ ਦਰਿਆ 'ਚ ਛਾਲ ਮਾਰ ਕੇ ਮਰ ਜਾਵੇ, ਜਿਹਦੇ ਪੰਜਾਬ 'ਚ ਵਿਦੇਸ਼ਾਂ 'ਚ ਬਹੁਤ ਸਾਰੇ ਫੋਲੋਅਰ ਨੇ। ਔਰ ਤੇਰਾ ਅਫਸਰ ਮੈਨੂੰ ਪਤਾ ਕੀ ਕਹਿ ਰਿਹਾ ਕਿ ਮੰਨਾ ਜੀ ਤੁਹਾਡੀ ਸੁਰੱਖਿਆ ਵੱਧ ਜਾਣੀ ਚਾਹੀਦੀ, ਅਸੀਂ ਏਅਰਪੋਰਟ ਬਣਾ ਕੇ ਭੇਜਣ ਲੱਗੇ ਹਾਂ, ਵਧਾਉਣ ਦੀ ਬਜਾਏ ਤੁਸੀਂ ਮੇਰੀ ਸਾਰੀ ਮਤਲਬ ਕੋਈ ਕਟੌਤੀ ਵੀ ਨਹੀਂ ਕੀਤੀ ਔਰ ਪੂਰਨ ਤੌਰ ਦੇ ਉੱਤੇ ਸਾਰੀ ਦੀ ਸਾਰੀ ਸੁਰੱਖਿਆ ਵਾਪਸ ਲੈ ਲਈ। ਇਹ ਰਵੱਈਆ ਤੇਰਾ, ਸਾਡਾ ਜਿਹੜਾ ਵੀਰ ਸੀਗਾ ਸਿੱਧੂ ਮੂਸੇ ਵਾਲੇ ਦੇ ਨਾਲ ਵੀ ਤੇਰਾ ਇਹੋ ਰਵੱਈਆ ਰਿਹਾ ਸੀਗਾ, ਤੇਰਾ ਪੰਜਾਬ ਦੇ ਸਾਰੇ ਬੋਲਣ ਵਾਲਿਆਂ ਦੇ ਨਾਲ ਇਹੋ ਰਵੱਈਆ ਰਹਿੰਦਾ ਕਿ ਨਾ ਕੋ ਸਰਕਾਰ ਦੇ ਖਿਲਾਫ ਨਸ਼ੇ ਤੇ ਬੋਲੇ, ਨਾ ਕੋ ਸਰਕਾਰ ਦੇ ਖਿਲਾਫ ਸ਼ਰਾਬ ਮਾਫੀਆ ਤੇ ਬੋਲੇ, ਨਾ ਕੋ ਸਰਕਾਰ ਦੇ ਖਿਲਾਫ ਰੇਤ ਮਾਫੀਆ ਤੇ ਬੋਲੇ, ਨਾ ਕੋ ਸਰਕਾਰ ਦੇ ਖਿਲਾਫ ਟਰਾਂਸਪੋਰਟ ਮਾਫੀਆ ਤੇ ਬੋਲੇ, ਨਾ ਮੈਡੀਕਲ ਮਾਫੀਆ ਤੇ ਬੋਲੇ ਤੇ ਨਾ ਐਜੂਕੇਸ਼ਨ ਮਾਫੀਆ ਤੇ ਬੋਲੇ, ਔਰ ਨਾ ਹੀ ਤੇਰੇ ਜਿਹੜੇ ਆਲੇ ਦੁਆਲੇ ਗੂਗਲ ਪੇ ਤੇ ਉਹ ਪੇਟੀਐਮ ਘੁੰਮਦੇ ਰਹਿੰਦੇ ਆ, ਦੜਦੜਾਉਂਦੇ ਰਹਿੰਦੇ ਆ, ਨਾ ਕੋ ਉਹਨਾਂ ਦੇ ਉੱਤੇ ਬੋਲੇ, ਬਸ ਤੇਰੇ ਸੋਲੇ ਗਾਈ ਜਾਓ ਤੇ ਪੰਜਾਬ ਦੇ ਵਿੱਚ ਸੁਰੱਖਿਅਤ ਰਹੋ। ਮੇਰੀ ਸਿਕਿਉਰਿਟੀ ਉਹ ਮੁੱਖ ਮੰਤਰੀ ਢਾ ਰਿਹਾ ਜਿਹੜਾ 3 ਦਿਨ ਪਹਿਲਾਂ ਬੁਲਟ ਪਰੂਫ ਬਕਸੇ 'ਚ ਬੰਦ ਹੋ ਕੇ ਆਜ਼ਾਦੀ ਦਾ ਭਾਸ਼ਣ ਦੇ ਕੇ ਢਿਆ ਵਾ, ਜਿਹੜਾ ਬਕਸੇ 'ਚ ਬੰਦ ਹੋ ਕੇ ਖੁਦ ਨੂੰ ਇਹ ਦੱਸ ਰਿਹਾ ਬਕਸੇ 'ਚ ਖੁਦ ਨੂੰ ਬੰਦ ਕਰਕੇ ਕਿ ਪੰਜਾਬ ਸੁਰੱਖਿਅਤ ਨਹੀਂ ਆ, ਮੇਰੀ ਸਿਕਿਉਰਿਟੀ ਵਾਪਸ ਹੋਈ, ਮੈਨੂੰ ਕੋਈ ਫਰਕ ਨਹੀਂ ਪੈਂਦਾ, ਸਹੁੰਆਂ ਤੇ ਤੂੰ ਝੂਠੀਆਂ ਖਾ ਜਾਂਦਾ ਵਾ, ਆਪਣੇ ਦਿਲ ਤੇ ਹੱਥ ਰੱਖ ਕੇ ਦੱਸ, ਮੈਂ ਸਹੁੰ ਨਹੀਂ ਤੈਨੂੰ ਖਵਾਉਣ ਲੱਗਾ, ਬਹੁਤ ਸਾਰੀਆਂ ਸਹੁੰਆਂ ਨੇ ਤੇਰੀਆਂ, ਚਾਹੇ ਆਜ਼ਾਦੀ ਦਿਹਾੜੇ ਤੇ ਨੇ, ਚਾਹੇ ਹੋਰ ਤੇਰੇ ਨਿੱਜੀ ਮਸਲਿਆਂ ਦੀਆਂ ਨੇ, ਬਹੁਤ ਝੂਠੀਆਂ ਸਹੁੰਆਂ ਤੂੰ ਖਾਧੀਆਂ, ਮੈਂ ਕਦੀ ਬੋਲਿਆ ਨਹੀਂ ਤੈਨੂੰ, ਪਰ ਆਪਣੇ ਦਿਲ ਤੇ ਹੱਥ ਰੱਖ ਕੇ ਦੱਸ ਕੀ ਪੰਜਾਬ ਦੇ ਹਾਲਾਤ ਠੀਕ ਆ। ਜੇ ਹਾਲਾਤ ਠੀਕ ਨੇ ਪੰਜਾਬ ਦੇ, ਫਿਰ ਬੁਲਟ ਪਰੂਫ ਬਕਸੇ ਦੇ ਵਿੱਚ ਬੰਦ ਹੋ ਕੇ ਭਾਸ਼ਣ ਕਿਉਂ ਦਿੱਤਾ ਤੂੰ? ਮੈਂ ਪੰਜਾਬ ਪੁਲਿਸ ਦੇ ਮੁਖੀ ਨੂੰ ਵੀ ਪੁੱਛਣਾ ਚਾਹੁੰਦਾ ਕਿ ਪੰਜਾਬ ਪੁਲਿਸ ਸਿਰਫ ਪੰਜਾਬ ਦੇ ਮੁੱਖ ਮੰਤਰੀ ਦੀ ਸੁਰੱਖਿਆ ਲਈ ਹੈ? ਮੁੱਖ ਮੰਤਰੀ ਨੂੰ ਸਿਰਫ ਲੋੜ ਹੈ ਸੁਰੱਖਿਆ ਦੀ? ਹੋਰ ਨਾਗਰਿਕਾਂ ਨੂੰ, ਹੋਰ ਜਿਹੜੇ ਪੰਜਾਬ ਦੇ ਬਛਿੰਦੇ ਆ, ਹੋਰ ਜਿਹੜੇ ਲੋਕ ਪੰਜਾਬ ਦੇ ਹੱਕਾਂ ਦੀ ਆਵਾਜ਼ ਬੁਲੰਦ ਕਰਦੇ ਆ, ਉਹਨਾਂ ਨੂੰ ਸੁਰੱਖਿਆ ਦੀ ਲੋੜ ਨਹੀਂ? ਤੂੰ ਤੇ ਪੰਜਾਬ ਦੇ ਉਸ ਪੁੱਤ ਸਿੱਧੂ ਮੂਸੇ ਵਾਲਾ ਜਿਹੜਾ ਪੰਜਾਬ ਜਿਹੜਾ ਸਰਕਾਰ ਨੂੰ 5 ਕਰੋੜ ਰੁਪਈਏ ਦਾ ਟੈਕਸ ਦਿੰਦਾ ਸੀਗਾ, ਜਿਹਨੇ ਦੁਨੀਆ ਭਰ ਦੇ ਵਿੱਚ ਆਪਣੇ ਨਾਂ ਦਾ ਤੇ ਪੰਜਾਬ ਦਾ ਡੰਕਾ ਵਜਾਇਆ ਸੀਗਾ, ਤੂੰ ਉਹਦਾ ਸਕਾ ਵੀ ਹੋਇਆ? ਤੇਰੀ ਨਜ਼ਰ ਦੇ ਵਿੱਚ ਉਹਦੀ ਅਹਿਮੀਅਤ ਕੋਈ ਨਹੀਂ ਤੇ ਮੇਰੇ ਵਰਗੇ ਆਮ ਬੰਦੇ ਦੀ ਤੇਰੀ ਨਜ਼ਰ ਦੇ ਵਿੱਚ ਕੀ ਅਹਿਮੀਅਤ ਹੋਣੀ ਆ? ਮੁੱਖ ਮੰਤਰੀ ਸਾਹਿਬ, 15 ਅਗਸਤ ਵਾਲੇ ਦਿਨ ਹੀ ਜਿਸ ਦਿਨ ਤੁਸੀਂ ਬਕਸੇ 'ਚ ਬੰਦ ਹੋ ਕੇ ਝੰਡਾ ਚੜ੍ਹਾ ਰਹੇ ਸੀਗੇ, ਸਾਡੇ ਗੁਰਦੁਆਰਾ ਸ਼ਹੀਦਾਂ ਸਾਹਿਬ ਆ ਜਿੱਥੇ ਰੋਜ਼ ਨਤਮਸਤਕ ਹੁੰਦਾ ਮੈਂ, ਤੁਹਾਡੇ ਭੈਣ ਜੀ ਵੀ ਉੱਥੇ ਆਏ ਸੀਗੇ, ਮੈਂ ਉਹਨਾਂ ਨੂੰ ਫਤਿਹ ਬੁਲਾਈ ਸੀ, ਔਰ ਤੁਹਾਡੇ ਭੈਣ ਜੀ ਦੇ ਨਾਲ ਕਰੀਬ 10 ਗੱਡੀਆਂ 50 ਗਨਮੈਨ ਸੀਗੇ, ਸਾਰਾ ਸ਼ਹੀਦਾਂ ਵਾਲੀ ਰੋਡ ਬੰਦ ਕਰ ਦਿੱਤੀ ਸੀ ਤੁਹਾਡੇ ਤੁਹਾਡੇ ਭੈਣ ਜੀ ਨਹੀਂ, ਮੇਰੇ ਵੀ ਭੈਣ ਹੀ ਨੇ, ਭੈਣਾਂ ਸਾਂਝੀਆਂ ਹੁੰਦੀਆਂ, ਭੈਣਾਂ ਮਾਵਾਂ ਸਭੀਆਂ ਸਾਂਝੀਆਂ ਨੇ, ਧੀਆਂ ਮੇਰੀ ਵੀ ਉਹ ਭੈਣ ਹੀ ਆ। ਇੰਨੀ ਸੁਰੱਖਿਆ ਉਹਦੇ ਨਾਲ ਸੀਗੀ, ਤੁਸੀਂ ਰੋਡ ਤੱਕ ਬੰਦ ਕਰ ਦਿੱਤੀ। ਕੀ ਪੁਲਿਸ ਦਾ ਕੰਮ ਸਿਰਫ ਤੁਹਾਡੇ ਪਰਿਵਾਰ ਨੂੰ ਸੁਰੱਖਿਆ ਦੇਣਾ? ਅਸਲ ਦੇ ਵਿੱਚ ਤੁਹਾਨੂੰ ਮਤਲਬ ਦਿਸਦਾ ਹੀ ਨਹੀਂ ਆਪਣੇ ਪਰਿਵਾਰ ਤੋਂ ਸਿਵਾਏ ਕੁਝ ਜਾਂ ਆਪਣੇ ਆਪ ਤੋਂ ਸਿਵਾਏ, ਮਸਲਾ ਸਿਰਫ ਇਹ ਹੈ ਤੁਸੀਂ ਆਪਣੀ ਤੇ ਸਿਰਫ ਆਪਣੇ ਪਰਿਵਾਰ ਦੀ ਕੀਮਤ ਜਿਹੜੀ ਜਾਣ ਦੀ ਸਮਝਦੇ ਹੋ, ਆਮ ਬੰਦੇ ਦੀ ਜਾਨ ਦੀ ਕੀਮਤ ਦੀ ਤੁਹਾਡੀ ਨਜ਼ਰਾਂ 'ਚ ਕੋਈ ਕੀਮਤ ਹੀ ਨਹੀਂ ਆ। ਮੈਨੂੰ ਮੁੱਖ ਮੰਤਰੀ ਦੇ OSD ਦਾ ਫੋਨ ਆਉਂਦਾ ਜਦੋਂ ਮੈਂ ਕੈਨੇਡਾ 'ਚ ਹੁੰਦਾ, ਮੈਂ ਬਿਆਨ ਲਿਖਾਏ ਆ ਕਿ ਜਦੋਂ ਮੈਂ ਕੈਨੇਡਾ ਦੇ ਵਿੱਚ ਹੁੰਦਾ ਵਾਂ ਤੇ ਮੈਨੂੰ ਮੁੱਖ ਮੰਤਰੀ ਦੇ OSD ਦਾ ਫੋਨ ਆਉਂਦਾ
ਕਿ ਤੁਹਾਨੂੰ ਖਤਰਾ ਹੈ ਜਦੋਂ ਤੁਸੀਂ ਇੰਡੀਆ ਦੇ ਵਿੱਚ ਆਉਣਾ ਅਤੇ ਤੁਹਾਡੀ ਸੁਰੱਖਿਆ ਦਾ ਪ੍ਰਬੰਧ ਕਰ ਦਿੱਤਾ ਗਿਆ, ਤੁਹਾਨੂੰ 6 ਬੰਦੇ ਜਿਹੜੇ ਉਹ ਇੰਡੀਆ ਆਉਂਦਿਆਂ ਹੀ ਮਿਲ ਜਾਣਗੇ। ਉਸ ਤੋਂ ਬਾਅਦ ਮੁੱਖ ਮੰਤਰੀ ਮੈਨੂੰ ਖੁਦ ਫੋਨ ਕਰਕੇ ਕਹਿੰਦੇ, ਮੇਰੇ ਬਿਆਨ ਸੁਣ, ਤੂੰ ਤੇਰਾ ਜਿਹੜਾ ਥਾਣੇਦਾਰ ਬਿਆਨ ਲਿਖਦਾ ਸੀ ਨਾ ਉਹਦੇ ਹੱਥ ਕੰਬਦੇ ਸੀਗੇ। ਹੁਣ ਮੈਂ ਕਿਹਾ ਲਿਖ ਜੇ ਲਿਖਣ ਆਇਆ, ਅਤੇ ਉਸ ਤੋਂ ਬਾਅਦ ਮੈਂ ਲਿਖਾਇਆ ਉਹਦੇ ਵਿੱਚ ਕਿ ਮੁੱਖ ਮੰਤਰੀ ਮੈਨੂੰ ਖੁਦ ਫੋਨ ਕਰਦੇ ਨੇ ਔਰ ਮੈਨੂੰ ਕਹਿੰਦੇ ਨੇ ਕਿ ਮੈਂ ਤੁਹਾਡੇ ਬਾਰੇ ਰਿਪੋਰਟ ਲਈ ਹੈ ਔਰ ਸੋਸ਼ਲ ਮੀਡੀਆ ਦੇ ਉੱਤੇ ਸਾਰਾ ਕੁਝ ਵੇਖ ਰਿਹਾ ਵਾਂ, ਤੁਹਾਨੂੰ ਵਾਕਿਆ 'ਚ ਬਹੁਤ ਜ਼ਿਆਦਾ ਖਤਰਾ ਹੈ, ਤੁਸੀਂ ਧਿਆਨ ਨਾਲ ਰਹੋ, ਜਿੱਥੇ ਕਿਤੇ ਮੇਰੀ ਲੋੜ ਹੈ ਮੈਨੂੰ ਦੱਸੋ ਇਸ ਮਸਲੇ ਦੇ ਉੱਤੇ। ਉਸ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਮੈਨੂੰ ਅੰਮ੍ਰਿਤਸਰ ਦੇ ਤਾਜ ਹੋਟਲ 'ਚ ਬੁਲਾਉਂਦੇ ਨੇ ਔਰ ਮੈਨੂੰ ਕਹਿੰਦੇ ਨੇ ਕਿ ਮੈਂ ਸਾਰਾ ਕੁਝ ਵਾਚਦਾ ਰਹਿੰਦਾ, ਤੁਸੀਂ ਬਹੁਤ ਜ਼ਿਆਦਾ ਆਵਾਜ਼ ਬੁਲੰਦ ਕਰਦੇ ਹੋ ਮਾਫੀਆ ਦੇ ਖਿਲਾਫ, ਮੈਂ ਵੀ ਕੋਸ਼ਿਸ਼ ਕਰਦਾ ਇਹਨੂੰ ਸੁਧਾਰਨ ਦੀ। ਇਹ ਮੁੱਖ ਮੰਤਰੀ ਸਾਹਿਬ ਨੇ ਮੈਨੂੰ ਕਿਹਾ ਕਿ ਕਿਉਂ ਨਾ ਤੁਹਾਡੀ ਸਿਕਿਉਰਿਟੀ ਹੋਰ ਵਧਾ ਦਿੱਤੀ ਜਾਵੇ, ਤੁਹਾਡੇ ਘਰ ਦੇ ਬਾਹਰ ਗਾਰਦ ਲਾ ਦਿੱਤੀ ਜਾਵੇ, ਤੁਹਾਨੂੰ ਸਰਕਾਰੀ ਗੱਡੀ ਦੇ ਦਿੱਤੀ ਜਾਵੇ। ਅਤੇ ਮੈਂ ਮੁੱਖ ਮੰਤਰੀ ਸਾਹਿਬ ਨੂੰ ਕਿਹਾ ਕਿ ਮੈਨੂੰ ਹੋਰ ਸੁਰੱਖਿਆ ਦੀ ਲੋੜ ਨਹੀਂ, ਮੈਨੂੰ ਸਰਕਾਰੀ ਗੱਡੀਆਂ ਦੀ ਲੋੜ ਨਹੀਂ, ਮੈਂ ਸਰਕਾਰੀ ਟਾਊਟ ਨਹੀਂ ਬਣਨਾ ਚਾਹੁੰਦਾ, ਜਿੰਨੀ ਸੁਰੱਖਿਆ ਮੇਰੇ ਨਾਲ ਲੱਗੀ ਆ ਉਹ ਸਫੀਸ਼ੈਂਟ ਹੈ, ਮੈਂ ਉਹਦੇ ਨਾਲ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦਾ। ਮੇਰੀ ਇੱਕ ਸੋਚ ਸੀ, ਮੈਂ ਲਿਖਾਇਆ ਉਹਨਾਂ ਬਿਆਨਾਂ ਦੇ ਵਿੱਚ ਕਿ ਜਦੋਂ ਸਰਕਾਰ ਨਵੀਂ ਨਵੀਂ ਆਈ ਸੀ, ਪੰਜਾਬ ਦਾ ਤਾਣਾ ਬਾਣਾ ਜਿਹੜਾ ਬਹੁਤ ਵਿਗੜਿਆ, ਨਵੀਂ ਸਰਕਾਰ ਨੂੰ ਸਾਲ ਡੇਢ ਸਾਲ ਦਾ ਸਮਾਂ ਦੇਣਾ ਚਾਹੀਦਾ, ਜਦੋਂ ਕੁਛ ਨਹੀਂ ਸੁਧਰਿਆ ਮੈਂ ਮਹਿਸੂਸ ਕੀਤਾ ਮਾਫੀਆ ਪੰਜਾਬ 'ਚ ਟੁੱਟਾ ਹੀ ਨਹੀਂ, ਪੰਜਾਬ ਨੂੰ ਲੁੱਟਣ ਵਾਲੇ ਲੋਕ ਅੰਦਰ ਡੱਕੇ ਹੀ ਨਹੀਂ ਗਏ, ਅਤੇ ਮੈਂ ਸਰਕਾਰ ਅਤੇ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ ਬੋਲਣਾ ਸ਼ੁਰੂ ਕਰ ਦਿੱਤਾ। ਅਤੇ ਮੁੱਖ ਮੰਤਰੀ ਦੇ ਬਹੁਤ ਸਾਰੇ ਕਰੀਬੀਆਂ ਵੱਲੋਂ ਮੈਨੂੰ ਬਹੁਤ ਸੁਨੇਹੇ ਆ ਰਹੇ ਸੀ ਪਿਛਲੇ 3-4 ਮਹੀਨਿਆਂ ਤੋਂ ਕਿ ਤੁਹਾਡੀ ਸੁਰੱਖਿਆ ਜਿਹੜੀ ਵਾਪਸ ਲੈ ਲਈ ਜਾਏਗੀ, ਐਵੇਂ ਤੁਹਾਨੂੰ ਕਿਸੇ ਝੂਠੇ ਕੇਸ 'ਚ ਫਸਾ ਦਿੱਤਾ ਜਾਏਗਾ, ਸੋ ਤੁਸੀਂ ਮੁੱਖ ਮੰਤਰੀ ਦੇ ਖਿਲਾਫ ਬੋਲਣਾ ਜਿਹੜਾ ਬੰਦ ਕਰ ਦਿਓ। ਅਤੇ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਆਪਦੀ ਆਵਾਜ਼ ਹਮੇਸ਼ਾ ਹੀ ਬੁਲੰਦ ਰੱਖੀ ਹੈ ਔਰ ਇਹ ਹਮੇਸ਼ਾ ਬੁਲੰਦ ਰਹੂਗੀ, ਤੁਸੀਂ ਚੰਗੇ ਕੰਮ ਕਰੋਗੇ ਤਾਂ ਚੰਗੀ ਤਰ੍ਹਾਂ ਬੋਲੂੰਗਾ, ਮਾੜੇ ਕਹੋਗੇ ਤਾਂ ਮਾੜੇ ਲੋਕਾਂ ਨੂੰ ਦੱਸੂੰਗਾ, ਸੋ ਮੇਰੇ ਵੱਲੋਂ ਤੁਸੀਂ ਗਨਮੈਨ ਵਾਪਸ ਲੈਣੇ ਆ ਵਾਪਸ ਲੈ ਲਓ, ਜੋ ਤੁਹਾਡੇ ਮਨ ਦੇ ਵਿੱਚ ਆਉਂਦਾ ਤੁਸੀਂ ਕਰੋ। ਇਹ ਮੈਂ ਆਪਣੇ ਬਿਆਨਾਂ 'ਚ ਲਿਖਾਇਆ ਕਿ ਮੈਂ ਆਪਣੀ ਆਵਾਜ਼ ਜਿਹੜੀ ਬੁਲੰਦ ਰੱਖੀ ਅੱਜ ਨਿੱਜੀ ਕਿਹੜ ਕਰਕੇ 15 ਮਿੰਟਾਂ ਦੇ ਵਿੱਚ, ਮਹਿਜ 15 ਮਿੰਟਾਂ ਦੇ ਵਿੱਚ ਮੇਰੀ ਜਿਹੜੀ ਸਾਰੀ ਸਿਕਿਉਰਿਟੀ ਜਿਹੜੀ ਵਾਪਸ ਲੈ ਲਈ ਗਈ ਔਰ ਉਹਨਾਂ ਬਿਆਨਾਂ 'ਚ ਮੈਂ ਲਿਖਾਇਆ ਕਿ ਅੱਜ ਤੋਂ ਬਾਅਦ ਮੇਰਾ ਜਾਂ ਮੇਰੇ ਪਰਿਵਾਰ ਦਾ ਕੋਈ ਨੁਕਸਾਨ ਹੁੰਦਾ ਅਤੇ ਉਹਦਾ ਸਿੱਧਾ ਸਿੱਧਾ ਜ਼ਿੰਮੇਵਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜਾ ਹੋਊਗਾ। ਅਤੇ ਉਹਦੇ ਨਾਲ ਨਾਲ ਜਦੋਂ ਮੈਂ ਕਿਹਾ ਬਿਆਨਾਂ ਦੇ ਉੱਤੇ ਰਸੀਦ ਦੇ ਕੇ ਜਾਓ ਥਾਣੇਦਾਰ ਸਾਹਿਬ, ਅਤੇ ਉਹ ਕੰਬਦਾ ਸੀਗਾ, ਆਪਣੇ ਅਫਸਰਾਂ ਨਾਲ ਮੇਰੀ ਗੱਲ ਕਰਾਉਂਦਾ ਸੀਗਾ। ਉਸ ਤੋਂ ਬਾਅਦ ਮੈਂ ਉਹਦੇ ਕੋਲ ਰਸੀਦ ਲਈ ਆਵੇ ਵੀ ਇਹਨੂੰ ਡਾਇਰੀ ਕਰਦੀ ਯਾਦ ਦੇ ਨਾਲ ਜਾ ਕੇ, ਆ ਉਹਦੇ ਸਾਈਨ ਨੇ, ਆਹ ਸਾਈਨ ਲੈ ਕੇ ਮੈਂ ਰੱਖਿਆ ਬਿਆਨ ਵੀ ਇਹਨਾਂ ਨੂੰ ਦਰਜ ਕਰ ਉੱਥੇ ਜਾ ਕੇ। ਮੇਰਾ ਇੱਕ ਛੋਟਾ ਜਿਹਾ ਸਵਾਲ ਹੈ ਤੁਹਾਨੂੰ ਮਾਨ ਸਾਹਿਬ, ਜੇ ਮੈਨੂੰ ਕਿਸੇ ਨੇ ਮਾਰ ਦਿੱਤਾ ਔਰ ਮੈਨੂੰ ਇਹਨੂੰ ਲਾਉਣ ਤੱਕ ਮੁੱਖ ਮੰਤਰੀ ਨੂੰ ਮੈਨੂੰ ਫੂਕਿਓ ਨਾ, ਇਹ ਮੇਰੀ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ, ਤਾਂ ਜੋ ਇਹਦੇ ਹੱਥੋਂ ਕੋਈ ਪੰਜਾਬ ਦਾ ਹੋਰ ਪੁੱਤ ਕਤਲ ਨਾ ਆਵੇ, ਇਹਨੂੰ ਅਕਲ ਆ ਜਾਵੇ, ਇਹਨੂੰ ਗੱਡੀ ਤੋਂ ਲਾਹ ਕੇ ਮੈਨੂੰ ਜ਼ਰੂਰ ਫੂਕਿਓ ਜਿੰਨਾ ਚਿਰ ਮੈਨੂੰ ਮਰਜ਼ੀ ਰੱਖਣਾ ਪਵੇ। ਔਰ ਇਹ ਮੈਸੇਜ, ਇੱਕ ਗਾਣਾ ਹਮੇਸ਼ਾ ਹੀ ਸੁਣਦਾ ਰਹਿੰਦਾ ਵਾਂ, ਭਗਵੰਤ ਮਾਨ ਮੈਂ ਤੈਨੂੰ ਕਹਿਣ ਲੱਗਾ ਵਾਂ, ਇਹ ਲੈਣਾ ਤੈਨੂੰ ਮੈਂ ਦੱਸਣ ਲੱਗਾ ਵੀ ਪੰਜਾਬ ਦੇ ਲੋਕ ਮੇਰੀ ਗੱਲ ਯਾਦ ਰੱਖਣਗੇ ਔਰ ਤੂੰ ਵੀ ਯਾਦ ਰੱਖੇਗਾ ਕਿ ਜ਼ਿੰਦਗੀ ਤੋਂ ਮੌਤ ਤਾਂ ਹੀ, ਅਖੀਰ 'ਚ ਮੈਂ ਕਹਿ ਕੇ ਸਮਾਪਤੀ ਕਰਨ ਲੱਗਾ ਕਿ ਜ਼ਿੰਦਗੀ ਤੋਂ ਮੌਤ ਤਾਂ ਹੀ ਆਉਂਦੇ ਬੜੇ ਚਿਰਾਹੇ, ਜਿਸ ਦਾ ਹੈ ਪੰਦ ਵਿਖੜਾ ਉਸੇ ਹੀ ਰਾਹ ਲਜਾਇਓ, ਮੇਰੇ ਲਹੂ ਦਾ ਕੇਸਰ ਰੇਤੇ 'ਚ ਨਾ ਰਲਾਇਓ, ਮੇਰੀ ਮੌਤ 'ਤੇ ਨਾ ਰੋਇਓ, ਮੇਰੀ ਸੋਚ ਨੂੰ ਬਚਾਇਓ। ਦੋਸਤੋ, ਅੱਜ ਮੈਂ ਗੱਲ ਕਰਨ ਲੱਗਾ ਤੁਹਾਡੇ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਬੁਖਲਾਹਟ ਦੀ, ਉਹਦੀ ਕਮੀਨਗੀ ਦੀ, ਉਹਦੀ ਤੰਗ ਦਿਲੀ ਦੀ, ਕਿ ਉਹ ਕਿੰਨਾ ਹਰਕਤਾਂ ਦੇ ਉੱਤੇ ਮੇਰੇ ਇੱਕ ਆਮ ਜਿਹੇ ਬੰਦੇ ਦੇ ਨਾਲ, ਨਾ ਮੈਂ ਕਿਸੇ ਵਿਰੋਧੀ ਪਾਰਟੀ ਦਾ ਆਗੂ, ਨਾ ਮੈਂ ਨੇਤਾ, ਨਾ ਮੈਂ MLA, ਨਾ ਮੈਂ MP,
ਕਿੰਨਾ ਹਰਕਤਾਂ ਜਦੋਂ ਇੱਕ ਆਮ ਬੰਦੇ ਨਾਲ ਉੱਤਰ ਆਇਆ, ਕਿੰਨਾ ਇੱਕ ਆਮ ਬੰਦੇ ਤੋਂ ਕਿੰਨਾ ਉਹਨੂੰ ਡਰ ਲੱਗਣ ਲੱਗ ਪਿਆ ਜਿਹੜਾ ਪੰਜਾਬ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਦਾ। ਮੈਂ ਤੁਹਾਨੂੰ ਯਾਦ ਕਰਾਉਣਾ ਚਾਹੁੰਦਾ ਕਿ 15 ਅਗਸਤ ਵਾਲੇ ਦਿਨ ਸਰ ਭਗਵੰਤ ਸਿੰਘ ਮਾਨ ਨੇ ਆਜ਼ਾਦੀ ਦਾ ਇੱਕ ਭਾਸ਼ਣ ਦਿੱਤਾ ਸੀ ਬੁਲਟ ਪਰੂਫ ਬਕਸੇ ਦੇ ਵਿੱਚ ਬੰਦ ਹੋ ਕੇ, ਔਰ 17 ਤਰੀਕ ਨੂੰ ਮੈਂ ਉਹਦੇ ਬਾਰੇ ਬੋਲਿਆ ਸੀਗਾ ਕਿ ਬਕਸੇ 'ਚ ਬੰਦ ਹੋ ਕੇ ਤੁਸੀਂ ਕੀ ਮੈਸੇਜ ਦਿੱਤਾ ਆਪ 'ਤੇ, ਤੁਸੀਂ ਗੁਲਾਮੀ ਦਾ ਪ੍ਰਤੀਕ ਬਣ ਗਏ, ਇਹਦਾ ਮਤਲਬ ਹੈ ਕਿ ਪੰਜਾਬ ਦੇ ਵਿੱਚ ਕੋਈ ਮਾਹੌਲ ਠੀਕ ਨਹੀਂ ਹੈਗਾ, ਤੁਹਾਨੂੰ ਇਹ ਮੰਨਣਾ ਪਊਗਾ, ਇਹਦਾ ਮਾਹੌਲ ਠੀਕ ਕਰਨਾ ਪਊਗਾ। ਔਰ 17 ਤਰੀਕ ਨੂੰ ਇਹ ਮੈਂ ਵੀਡੀਓ ਜਿਹੜੀ ਪਾਈ ਸੀ, ਔਰ ਤੁਸੀਂ ਸੁਣ ਕੇ ਹੈਰਾਨ ਹੋਵੋਗੇ ਕਿ 17 ਤੋਂ ਅਗਲੇ ਦਿਨ ਹੀ 18 ਤਰੀਕ ਨੂੰ ਮੇਰੇ ਘਰ ਪੁਲਿਸ ਵਾਲੇ ਆਉਂਦੇ ਨੇ 2-3 ਜਣੇ, ਔਰ ਮੇਰੇ ਸਾਰੇ ਗਨਮੈਨਾਂ ਨੂੰ ਉਹ ਆ ਕੇ ਹੁਕਮ ਸੁਣਾਉਂਦੇ ਨੇ ਕਿ ਉੱਪਰੋਂ ਹੁਕਮ ਆਇਆ ਅਤੇ ਤੁਸੀਂ ਤੁਹਾਡੀ ਵਾਪਸੀ ਹੈ, ਤੁਸੀਂ ਸਾਰੇ ਦੇ ਸਾਰੇ ਚੱਲੋ, ਕੋਈ ਕਟੌਤੀ ਨਹੀਂ, ਕੋਈ 1-2 ਨਹੀਂ, ਕੋਈ ਮਤਲਬ ਜਿੰਨੇ ਦੇ ਜਿੰਨੇ 6 ਦੇ 6 ਬੰਦੇ ਸੀ ਸਾਰੇ ਵਾਪਸ ਚੱਲੋ। ਉਹ ਮੈਨੂੰ ਕਹਿ ਰਹੇ ਸੀਗੇ ਕਿ ਜੇ ਤੁਸੀਂ ਇਹ ਗਨਮੈਨ ਰੱਖਣੇ ਚਾਹੁੰਦੇ ਹੋ ਤੇ ਕਮ ਸੇ ਕਮ ਤੁਸੀਂ ਉੱਪਰ ਗੱਲ ਕਰ ਲਓ, ਮੁੱਖ ਮੰਤਰੀ ਨਾਲ ਗੱਲ ਕਰ ਲਓ ਜਾਂ ਉਹਨਾਂ ਦੇ OSD ਨਾਲ ਗੱਲ ਕਰ ਲਓ। ਤੇ ਮੈਂ ਉਹਨਾਂ ਨੂੰ ਬਿਲਕੁਲ ਇਨਕਾਰ ਕਰ ਦਿੱਤਾ। ਮੈਂ ਤੈਨੂੰ ਇੱਕ ਗੱਲ ਕਹਾਂ ਭਗਵੰਤ ਸਿੰਘ ਮਾਨ, ਕਿ ਖੁਦ ਦੀ ਨਿਲਾਮੀ ਤੇ ਕਿਸੇ ਦੀ ਗੁਲਾਮੀ ਨਾ ਮੈਂ ਜ਼ਿੰਦਗੀ 'ਚ ਕੀਤੀ ਤੇ ਨਾ ਮੇਥੋਂ ਹੋਣੀ ਆ। ਸਿਕਿਉਰਿਟੀ ਦੇ ਚੱਕਰ 'ਚ ਜ਼ਮੀਰ ਮੇਥੋਂ ਨਹੀਂ ਮਾਰਿਆ ਜਾਣਾ, ਮਰ ਮੈਂ ਭਾਵੇਂ ਆਪ ਜਾਵਾਂ। ਮੈਂ ਤੇ ਅੱਗੇ ਕਿਸੇ ਸ਼ਾਇਰ ਦੀਆਂ ਬਹੁਤ ਖੂਬ ਲਾਈਨਾਂ ਨੇ ਜਿਹੜੀਆਂ ਅਕਸਰ ਹਮੇਸ਼ਾ ਯਾਦ ਰੱਖਦਾ ਵਾਂ, ਕਿ ਮਿੱਟੀ ਕਾ ਜਿਸਮ ਲੈ ਕੇ ਪਾਣੀ ਕੇ ਘਰ ਮੇ ਹੂੰ, ਮੰਜ਼ਿਲ ਹੈ ਮੌਤ ਮੇਰੀ, ਮੈਂ ਹਰ ਪਲ ਸਫ਼ਰ ਮੇ ਹੂੰ, ਹੋਨਾ ਹੈ ਕਤਲ ਮੇਰਾ ਯੇ ਮਾਲੂਮ ਹੈ ਮੁਝੇ, ਲੇਕਿਨ ਖਬਰ ਨਹੀਂ ਮੈਂ ਕਿਸ ਕਿਸ ਕੀ ਨਜ਼ਰ ਮੇ ਹੂੰ। ਤੈਨੂੰ ਜਿਸ ਦਿਨ ਮੈਂ ਬੋਲਿਆ ਸੀਗਾ, ਇੱਥੋਂ ਮੰਤਰੀ ਸਾਰੀ ਦੱਸਣ ਲੱਗਾ ਵੀ ਕਰਤੂਤ ਕੀ ਹੈ, ਕਿ ਪੁਲਿਸ ਕੀ ਚਾਹੁੰਦੀ ਸੀ, ਆਲਾ ਅਫਸਰ ਕੀ ਚਾਹੁੰਦੇ ਸੀਗੇ ਤੇ ਤੂੰ ਕੀ ਚਾਹੁੰਦਾ ਸੀਗਾ। ਤੈਨੂੰ ਜਿਸ ਦਿਨ ਮੈਂ ਬੋਲਿਆ ਸੀਗਾ, ਉਹ ਤੋਂ ਮਹਿਜ਼ 3 ਦਿਨ ਪਹਿਲਾਂ ਮੇਰੇ ਕੋਲ ਘਰ ਇੱਕ ਇੰਟੈਲੀਜੈਂਸ ਦਾ ਅਫਸਰ ਮੇਰੇ ਕੋਲ ਆਉਂਦਾ, ਔਰ 50 ਤੋਂ ਵੱਧ ਜਿਹੜੀਆਂ ਉਹਨੂੰ ਮੈਂ ਪਾਕਿਸਤਾਨ ਦੇ ਨੰਬਰਾਂ ਤੋਂ ਕਾਲਸ ਦੱਸੀਆਂ ਕਿ ਆ ਲੋਕ ਮੈਨੂੰ ਫੋਨ ਕਰਦੇ ਰਹਿੰਦੇ ਨੇ, 100 ਤੋਂ ਵੱਧ ਉਹਨੂੰ ਮੈਂ ਇੰਟਰਨੈਸ਼ਨਲ ਕਾਲ ਦੱਸੀਆਂ, ਔਰ ਜਿਹੜੀਆਂ ਮੈਨੂੰ ਵੱਖ ਵੱਖ ਨੰਬਰਾਂ ਤੋਂ ਆਉਂਦੀਆਂ ਰਹਿੰਦੀਆਂ ਨੇ, ਜਿਹਨਾਂ ਨੂੰ ਮੈਂ ਬਲੌਕ ਕਰ ਦਿੰਦਾ ਵਾਂ। ਔਰ ਉਹ ਬੰਦੇ ਨੇ, ਉਸ ਤੇਰੇ ਇੰਟੈਲੀਜੈਂਸ ਦੇ ਅਫਸਰ ਨੇ ਮੈਨੂੰ ਇੱਕ ਵੀਡੀਓ ਸੁਣਾਈ ਜਿਹਦੇ ਵਿੱਚ ਇੱਕ ਬਹੁਤ ਕੱਟੜ ਬੰਦਾ ਮੈਨੂੰ ਕਹਿ ਰਿਹਾ ਮੇਰੇ ਬਾਰੇ ਕਿ ਮਨਦੀਪ ਸਿੰਘ ਮੰਨੇ ਨੂੰ ਕਹੋ ਦਰਿਆ 'ਚ ਛਾਲ ਮਾਰ ਕੇ ਮਰ ਜਾਵੇ, ਜਿਹਦੇ ਪੰਜਾਬ 'ਚ ਵਿਦੇਸ਼ਾਂ 'ਚ ਬਹੁਤ ਸਾਰੇ ਫੋਲੋਅਰ ਨੇ। ਔਰ ਤੇਰਾ ਅਫਸਰ ਮੈਨੂੰ ਪਤਾ ਕੀ ਕਹਿ ਰਿਹਾ ਕਿ ਮੰਨਾ ਜੀ, ਤੁਹਾਡੀ ਸੁਰੱਖਿਆ ਵੱਧ ਜਾਣੀ ਚਾਹੀਦੀ, ਅਸੀਂ 에ਅਰਪੋਰਟ ਬਣਾ ਕੇ ਭੇਜਣ ਲੱਗੇ ਹਾਂ, ਵਧਾਉਣ ਦੀ ਬਜਾਏ ਤੁਸੀਂ ਮੇਰੀ ਸਾਰੀ ਮਤਲਬ ਕੋਈ ਕਟੌਤੀ ਵੀ ਨਹੀਂ ਕੀਤੀ, ਔਰ ਪੂਰਨ ਤੌਰ ਦੇ ਉੱਤੇ ਸਾਰੀ ਦੀ ਸਾਰੀ ਸੁਰੱਖਿਆ ਵਾਪਸ ਲੈ ਲਈ, ਇਹ ਰਵੱਈਆ ਤੇਰਾ। ਸਾਡਾ ਜਿਹੜਾ ਵੀਰ ਸੀਗਾ ਸਿੱਧੂ ਮੂਸੇ ਵਾਲੇ ਦੇ ਨਾਲ ਵੀ ਤੇਰਾ ਇਹੋ ਰਵੱਈਆ ਰਿਹਾ ਸੀਗਾ, ਤੇਰਾ ਪੰਜਾਬ ਦੇ ਸਾਰੇ ਬੋਲਣ ਵਾਲਿਆਂ ਦੇ ਨਾਲ ਇਹੋ ਰਵੱਈਆ ਰਹਿੰਦਾ ਕਿ ਨਾ ਕੋ ਸਰਕਾਰ ਦੇ ਖਿਲਾਫ ਨਸ਼ੇ ਤੇ ਬੋਲੇ, ਨਾ ਕੋ ਸਰਕਾਰ ਦੇ ਖਿਲਾਫ ਸ਼ਰਾਬ ਮਾਫੀਆ ਤੇ ਬੋਲੇ, ਨਾ ਕੋ ਸਰਕਾਰ ਦੇ ਖਿਲਾਫ ਰੇਤ ਮਾਫੀਆ ਤੇ ਬੋਲੇ, ਨਾ ਕੋ ਸਰਕਾਰ ਦੇ ਖਿਲਾਫ ਜਿਹੜਾ ਉਹ ਸ਼ਰਾਬ ਮਾਫੀਆ ਦੇ ਉੱਤੇ ਬੋਲੇ, ਨਾ ਕੋ ਰੇਤ ਮਾਫੀਆ ਤੇ ਬੋਲੇ, ਨਾ ਟਰਾਂਸਪੋਰਟ ਮਾਫੀਆ ਤੇ ਬੋਲੇ, ਨਾ ਮੈਡੀਕਲ ਮਾਫੀਆ ਤੇ ਬੋਲੇ, ਤੇ ਨਾ ਐਜੂਕੇਸ਼ਨ ਮਾਫੀਆ ਤੇ ਬੋਲੇ, ਔਰ ਨਾ ਹੀ ਤੇਰੇ ਜਿਹੜੇ ਆਲੇ ਦੁਆਲੇ ਗੂਗਲ ਪੇ ਤੇ ਉਹ ਪੇਟੀਐਮ ਘੁੰਮਦੇ ਰਹਿੰਦੇ ਆ, ਦੜਦੜਾਉਂਦੇ ਰਹਿੰਦੇ ਆ, ਨਾ ਕੋ ਉਹਨਾਂ ਦੇ ਉੱਤੇ ਬੋਲੇ, ਬਸ ਤੇਰੇ ਸੋਲੇ ਗਾਈ ਜਾਓ ਤੇ ਪੰਜਾਬ ਦੇ ਵਿੱਚ ਸੁਰੱਖਿਅਤ ਰਹੋ। ਮੇਰੇ ਨਾਲ ਕੀ ਹੋਣਾ, ਮੇਰੀ ਸਿਕਿਉਰਿਟੀ ਹਟਾ ਕੇ ਮੇਰਾ ਤੂੰ ਸਕਾ ਕੀ ਬਣਨਾ ਵਾ, ਤੂੰ ਤੇ ਪੰਜਾਬ ਦੇ ਉਸ ਪੁੱਤ ਸਿੱਧੂ ਮੂਸੇ ਵਾਲਾ ਜਿਹੜਾ ਪੰਜਾਬ ਜਿਹੜਾ ਸਰਕਾਰ ਨੂੰ 5 ਕਰੋੜ ਰੁਪਈਏ ਦਾ ਟੈਕਸ ਦਿੰਦਾ ਸੀਗਾ, ਜਿਹਨੇ ਦੁਨੀਆ ਭਰ ਦੇ ਵਿੱਚ ਆਪਣੇ ਨਾਂ ਦਾ ਤੇ ਪੰਜਾਬ ਦਾ ਡੰਕਾ ਵਜਾਇਆ ਸੀਗਾ, ਤੂੰ ਉਹਦਾ ਸਕਾ ਨਹੀਂ ਹੋਇਆ, ਤੇਰੀ ਨਜ਼ਰ ਦੇ ਵਿੱਚ ਉਹਦੀ ਅਹਿਮੀਅਤ ਕੋਈ ਨਹੀਂ, ਤੇ ਮੇਰੇ ਵਰਗੇ ਆਮ ਬੰਦੇ ਦੀ ਤੇਰੀ ਨਜ਼ਰ ਦੇ ਵਿੱਚ ਕੀ ਅਹਿਮੀਅਤ ਹੋਣੀ ਆ। ਤੇਰੇ ਬਾਰੇ ਜੇ ਮੈਂ 2 ਲੈਣਾ ਕਵਾਂ ਨਾ, ਕੁਅਤ ਕਥਨੀ ਨਹੀਂ ਗੀ ਭਗਵੰਤ ਮਾਨ, ਕਿ ਬਾਂਦਰਾ ਹੱਥ ਬਗੀਚੇ ਆਏ, ਬਾਂਦਰਾ ਹੱਥ ਬਗੀਚੇ ਆਏ, ਬੜਾ ਮਾੜਾ ਇਹ ਹਸ਼ਰ ਕਰਨਗੇ, ਖਿੜਿਆ ਬਾਗ ਉਜਾੜਨਗੇ ਤੇ ਕਰਤੂਤਾਂ ਉੱਤੇ ਫਖਰ ਕਰਨਗੇ। ਇਹੋ ਜਿਹੀਆਂ ਕਰਤੂਤਾਂ ਕਰਕੇ ਤੁਸੀਂ
ਫਖਰ ਮਹਿਸੂਸ ਕਰਦੇ ਹੋ, ਮੈਂ ਤੈਨੂੰ ਪੁੱਛਣਾ ਚਾਹੁੰਦਾ ਵੀ ਕਿਹੜਾ ਮੁੱਖ ਮੰਤਰੀ ਆ ਜਿਹੜਾ ਆਪਣੇ ਆਮ ਨਾਗਰਿਕ ਨਾਲ ਇੰਨੀ ਬਦਲੇ ਦੀ ਭਾਵਨਾ ਰੱਖਦਾ, ਇੰਨੀ ਕਿੜ ਰੱਖਦਾ, ਉਹਨੂੰ ਮਤਲਬ ਤੰਗ ਪਰੇਸ਼ਾਨ ਕਰਨ ਦੀਆਂ ਕੋਸ਼ਿਸ਼ਾਂ 'ਚ ਲੱਗਾ ਰਹਿੰਦਾ ਵਾ। ਮੇਰੀ ਸਿਕਿਉਰਿਟੀ ਉਹ ਮੁੱਖ ਮੰਤਰੀ ਢਾਰਿਆ ਜਿਹੜਾ 3 ਦਿਨ ਪਹਿਲਾਂ ਬੁਲਟ ਪਰੂਫ ਬਕਸੇ 'ਚ ਬੰਦ ਹੋ ਕੇ ਆਜ਼ਾਦੀ ਦਾ ਭਾਸ਼ਣ ਦੇ ਕੇ ਢਿਆ ਵਾ, ਜਿਹੜਾ ਬਕਸੇ 'ਚ ਬੰਦ ਹੋ ਕੇ ਖੁਦ ਨੂੰ ਇਹ ਦੱਸ ਰਿਹਾ ਬਕਸੇ 'ਚ ਖੁਦ ਨੂੰ ਬੰਦ ਕਰਕੇ ਕਿ ਪੰਜਾਬ ਸੁਰੱਖਿਅਤ ਨਹੀਂ ਆ, ਮੇਰੀ ਸਿਕਿਉਰਿਟੀ ਵਾਪਸ ਹੋਈ, ਮੈਨੂੰ ਕੋਈ ਫਰਕ ਨਹੀਂ ਪੈਂਦਾ, ਸਹੁੰਆਂ 'ਤੇ ਤੂੰ ਝੂਠੀਆਂ ਖਾ ਜਾਂਦਾ ਵਾਂ, ਆਪਣੇ ਦਿਲ 'ਤੇ ਹੱਥ ਰੱਖ ਕੇ ਦੱਸ, ਮੈਂ ਸਹੁੰ ਨਹੀਂ ਤੈਨੂੰ ਖਵਾਉਣ ਲੱਗਾ, ਬਹੁਤ ਸਾਰੀਆਂ ਸਹੁੰਆਂ ਨੇ ਤੇਰੀਆਂ, ਚਾਹੇ ਉਹ ਆਜ਼ਾਦੀ ਦਿਹਾੜੇ 'ਤੇ ਨੇ, ਚਾਹੇ ਹੋਰ ਤੇਰੇ ਨਿੱਜੀ ਮਸਲਿਆਂ ਦੀਆਂ ਨੇ, ਬਹੁਤ ਝੂਠੀਆਂ ਸਹੁੰਆਂ ਤੂੰ ਖਾਧੀਆਂ, ਮੈਂ ਕਦੀ ਬੋਲਿਆ ਨਹੀਂ ਤੈਨੂੰ, ਪਰ ਆਪਣੇ ਦਿਲ 'ਤੇ ਹੱਥ ਰੱਖ ਕੇ ਦੱਸ ਕੀ ਪੰਜਾਬ ਦੇ ਹਾਲਾਤ ਠੀਕ ਆ। ਜੇ ਹਾਲਾਤ ਠੀਕ ਨੇ ਪੰਜਾਬ ਦੇ, ਫਿਰ ਬੁਲਟ ਪਰੂਫ ਬਕਸੇ ਦੇ ਵਿੱਚ ਬੰਦ ਹੋ ਕੇ ਭਾਸ਼ਣ ਕਿਉਂ ਦਿੱਤਾ ਤੂੰ? ਮੈਂ ਪੰਜਾਬ ਪੁਲਿਸ ਦੇ ਮੁਖੀ ਨੂੰ ਵੀ ਪੁੱਛਣਾ ਚਾਹੁੰਦਾ ਕੀ ਪੰਜਾਬ ਪੁਲਿਸ ਸਿਰਫ ਪੰਜਾਬ ਦੇ ਮੁੱਖ ਮੰਤਰੀ ਦੀ ਸੁਰੱਖਿਆ ਲਈ ਹੈ? ਮੁੱਖ ਮੰਤਰੀ ਨੂੰ ਸਿਰਫ ਲੋੜ ਹੈ ਸੁਰੱਖਿਆ ਦੀ? ਹੋਰ ਨਾਗਰਿਕਾਂ ਨੂੰ, ਹੋਰ ਜਿਹੜੇ ਪੰਜਾਬ ਦੇ ਬਛਿੰਦੇ ਆ, ਹੋਰ ਜਿਹੜੇ ਲੋਕ ਪੰਜਾਬ ਦੇ ਹੱਕਾਂ ਦੀ ਆਵਾਜ਼ ਬੁਲੰਦ ਕਰਦੇ ਆ, ਉਹਨਾਂ ਨੂੰ ਸੁਰੱਖਿਆ ਦੀ ਲੋੜ ਨਹੀਂ? ਬਸ ਪੰਜਾਬ ਪੁਲਿਸ ਨੂੰ ਇੱਕੋ ਹੀ ਹੁਕਮ ਆ ਕਿ ਮੁੱਖ ਮੰਤਰੀ ਦੀ ਰਾਖੀ ਕਿਵੇਂ ਕਰਨੀ ਹੈ, ਉਹਦੇ ਪਰਿਵਾਰ ਦੀ ਰਾਖੀ ਕਿਵੇਂ ਕਰਨੀ ਹੈ। ਮੁੱਖ ਮੰਤਰੀ ਸਾਹਿਬ, 15 ਅਗਸਤ ਵਾਲੇ ਦਿਨ ਹੀ ਜਿਸ ਦਿਨ ਤੁਸੀਂ ਬਕਸੇ 'ਚ ਬੰਦ ਹੋ ਕੇ ਝੰਡਾ ਚੜ੍ਹਾ ਰਹੇ ਸੀਗੇ, ਸਾਡੇ ਗੁਰਦੁਆਰਾ ਸ਼ਹੀਦਾਂ ਸਾਹਿਬ ਆ ਜਿੱਥੇ ਰੋਜ਼ ਨਤਮਸਤਕ ਹੁੰਦਾ ਮੈਂ, ਤੁਹਾਡੇ ਭੈਣ ਜੀ ਵੀ ਉੱਥੇ ਆਏ ਸੀਗੇ, ਮੈਂ ਉਹਨਾਂ ਨੂੰ ਫਤਿਹ ਬੁਲਾਈ ਸੀ, ਔਰ ਤੁਹਾਡੇ ਭੈਣ ਜੀ ਦੇ ਨਾਲ ਕਰੀਬ 10 ਗੱਡੀਆਂ 50 ਗਨਮੈਨ ਸੀਗੇ, ਸਾਰਾ ਸ਼ਹੀਦਾਂ ਲਈ ਰੋਡ ਬੰਦ ਕਰ ਦਿੱਤੀ ਸੀ। ਤੁਹਾਡੇ ਭੈਣ ਜੀ ਨਹੀਂ, ਮੇਰੇ ਵੀ ਭੈਣ ਹੀ ਨੇ, ਭੈਣਾਂ ਸਾਂਝੀਆਂ ਹੁੰਦੀਆਂ, ਭੈਣਾਂ ਮਾਵਾਂ ਸਭ ਦੀਆਂ ਸਾਂਝੀਆਂ ਨੇ, ਧੀਆਂ ਮੇਰੀ ਵੀ ਉਹ ਭੈਣ ਹੀ ਆ, ਇੰਨੀ ਸੁਰੱਖਿਆ ਉਹਦੇ ਨਾਲ ਸੀਗੀ, ਤੁਸੀਂ ਰੋਡ ਤੱਕ ਬੰਦ ਕਰ ਦਿੱਤੀ। ਕੀ ਪੁਲਿਸ ਦਾ ਕੰਮ ਸਿਰਫ ਤੁਹਾਡੇ ਪਰਿਵਾਰ ਨੂੰ ਸੁਰੱਖਿਆ ਦੇਣਾ? ਅਸਲ ਦੇ ਵਿੱਚ ਤੁਹਾਨੂੰ ਮਤਲਬ ਦਿਸਦਾ ਹੀ ਨਹੀਂ ਆਪਣੇ ਪਰਿਵਾਰ ਤੋਂ ਸਿਵਾਏ ਕੁਝ, ਜਾਂ ਆਪਣੇ ਆਪ ਤੋਂ ਸਿਵਾਏ। ਮਸਲਾ ਸਿਰਫ ਇਹ ਹੈ, ਤੁਸੀਂ ਆਪਣੀ ਤੇ ਸਿਰਫ ਆਪਣੇ ਪਰਿਵਾਰ ਦੀ ਕੀਮਤ ਜਿਹੜੀ ਜਾਣ ਦੀ ਸਮਝਦੇ ਹੋ, ਆਮ ਬੰਦੇ ਦੀ ਜਾਣ ਦੀ ਕੀਮਤ ਦੀ ਤੁਹਾਡੀ ਨਜ਼ਰਾਂ 'ਚ ਕੋਈ ਕੀਮਤ ਹੀ ਨਹੀਂ ਆ। ਔਰ ਹਵਾਲਾ ਕੀ ਦਿੰਦੇ ਹੋ ਤੁਸੀਂ, ਉਹ ਵੀ ਮੈਂ ਇਸ ਗੱਲ 'ਤੇ ਕਲੀਅਰ ਹੋਣ ਲੱਗਾ ਵੀ ਆਹ ਇੱਕ ਪੱਤਰ ਆ ਹਾਈਕੋਰਟ ਦਾ, ਹਵਾਲਾ ਕੀ ਦਿੰਦੇ ਹੋ ਕਿ ਹਾਈਕੋਰਟ ਦੇ ਆਰਡਰ ਦੇ ਉੱਤੇ ਸਮੀਖਿਆ ਹੋ ਰਹੀ ਆ ਸਿਕਿਉਰਿਟੀ ਦੀ? ਤੇ ਮੁੱਖ ਮੰਤਰੀ ਸਾਹਿਬ, ਮੈਂ ਤੁਹਾਨੂੰ ਯਾਦ ਕਰਾਉਣਾ ਚਾਹੁੰਦਾ, ਹਾਈਕੋਰਟ ਦੇ ਆਰਡਰ, ਤੁਹਾਡੇ ਮੁੱਖ ਮੰਤਰੀ ਨਿਵਾਸ ਦੇ ਬਾਹਰ ਇੱਕ ਸੜਕ ਬੰਦ ਹੈ, ਬੜੇ ਲੰਮੇ ਸਾਲਾਂ ਤੋਂ, ਬੜੇ ਲੰਮੇ ਸਮੇਂ ਤੋਂ ਆਮ ਲੋਕਾਂ ਦੀ ਆਵਾਜਾਈ ਲਈ ਉਹ ਸੜਕ ਨਹੀਂ ਖੋਲ੍ਹੀ ਜਾਂਦੀ ਚੰਡੀਗੜ੍ਹ ਦੇ ਵਿੱਚ। ਆਮ ਲੋਕਾਂ ਨੇ ਹਾਈਕੋਰਟ ਦੇ ਵਿੱਚ ਗੁਹਾਰ ਲਾਈ ਕਿ ਇਹ ਸੜਕ ਖੋਲ੍ਹਣੀ ਚਾਹੀਦੀ ਆ, ਸਾਨੂੰ ਇੱਥੋਂ ਆਉਣ ਜਾਣ ਦਾ ਰਸਤਾ ਮਿਲਣਾ ਚਾਹੀਦਾ ਵਾ, ਅਸੀਂ ਵੋਟਰ ਹਾਂ, ਅਸੀਂ ਵਸਨੀਕ ਹਾਂ ਇਸ ਦੇਸ਼ ਦੇ, ਇਸ ਸ਼ਹਿਰ ਦੇ। ਹਾਈਕੋਰਟ ਨੇ ਲੋਕਾਂ ਦੀ ਅਪੀਲ ਦੇ ਉੱਤੇ ਉਹ ਸੜਕ ਖੋਲ੍ਹਣ ਦੇ ਆਰਡਰ ਕਰ ਦਿੱਤੇ, ਆਰਡਰ ਪਾਸ ਕੀਤੇ, ਤੇ ਤੁਹਾਡੀ ਸਰਕਾਰ ਜਿਹੜੀ ਆ ਉਸ ਸੜਕ ਨੂੰ ਖੋਲ੍ਹਣ ਦੇ ਵਿਰੋਧ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਚਲੇ ਜਾਂਦੀ ਹੈ, ਔਰ ਉੱਥੇ ਦੁਹਾਈ ਕੀ ਦਿੰਦੀ ਹੈ ਕਿ ਪੰਜਾਬ ਦੇ ਵਿੱਚ ਬਹੁਤ ਸਾਰਾ ਖਤਰਾ ਹੈ, ਸਿਕਿਉਰਿਟੀ ਦਾ ਬਹੁਤ ਵੱਡਾ ਥ੍ਰੈਟ ਹੈ, ਸਿਕਿਉਰਿਟੀ ਦੀ ਘਾਟ ਦੇ ਨਾਲ। ਸੁਪਰੀਮ ਕੋਰਟ 'ਚ ਕੀ ਕਹਿੰਦੀ ਹੈ? ਸਿਕਿਉਰਿਟੀ ਦੀ ਘਾਟ ਦੇ ਨਾਲ ਸਿੱਧੂ ਮੂਸੇਵਾਲੇ ਦੀ ਵੀ ਕਤਲ ਹੋ ਗਿਆ ਵਾ, ਸੋ ਇਸ ਕਰਕੇ ਸੜਕ ਨਾ ਖੋਲ੍ਹੀ ਜਾਵੇ। ਸਿੱਧੂ ਮੂਸੇਵਾਲੇ ਦਾ ਕਤਲ ਹੋਇਆ ਨਹੀਂਗਾ, ਅਸਿੱਧੇ ਤੌਰ 'ਤੇ ਤੁਸੀਂ ਜ਼ਿੰਮੇਦਾਰ ਹੋ, ਤੁਸੀਂ ਉਹਦਾ ਕਤਲ ਕਰਵਾਇਆ ਵਾ। ਇਹ ਬਿਆਨ ਤੁਹਾਡੀ ਸਰਕਾਰ ਜਿਹੜੀ ਹਾਈਕੋਰਟ ਦੇ ਵਿੱਚ ਜਾ ਕੇ ਦਿੰਦੀ ਹੈ, ਮੈਨੂੰ ਵੀ ਤੁਸੀਂ ਪੰਜਾਬ ਦੇ ਮਾਫੀਆ ਜਿਹੜੇ ਆ ਬਘਿਆੜ ਬਣ ਕੇ ਬੈਠੇ ਆ, ਉਹਨਾਂ ਦੇ ਅੱਗੇ ਮੌਤ ਦੇ ਮੂੰਹ 'ਚ ਸੁੱਟ ਦਿੱਤਾ ਵੀ ਇਹਦੀ ਆਵਾਜ਼ ਬੰਦ ਕਰੋ, ਇਹਨੂੰ ਚੁੱਪ ਕਰਾਓ, ਸ਼ਾਇਦ ਇਹ ਡਰ ਜੂਗਾ, ਪਰ ਫਿਕਰ ਨਾ ਕਰ, ਜਿੰਨਾ ਚਿਰ ਰੱਬ ਨੇ ਚਾਹਿਆ ਨਾ ਮੈਂ ਮਰਦਾ ਨਹੀਂ ਔਰ ਲੜੂੰਗਾ। ਕਹਿੰਦੇ ਆ ਨਾ ਕਿ ਰਾਹ ਮੇ ਖਤਰੇ ਵੀ ਹੈ ਲੇਕਿਨ ਠਹਿਰਤਾ ਕੌਣ ਹੈ, ਰਾਹ ਮੇ ਖਤਰੇ ਵੀ ਹੈ ਲੇਕਿਨ ਠਹਿਰਤਾ ਕੌਣ ਹੈ।
ਮੌਤ ਕਲਾ ਨਹੀਂ ਹੈ, ਆ ਜਾ ਜਾਏ, ਡਰਤਾ ਕੌਣ ਹੈ, ਉਨਕੇ ਲਸ਼ਕਰ ਕੇ ਮੁਕਾਬਲ ਹਮ ਅਕੇਲੇ ਹੈ, ਮਗਰ ਫੈਸਲਾ ਮੈਦਾਨ ਮੇ ਹੋਗਾ ਕਿ ਮਰਤਾ ਕੌਣ ਹੈ, ਤੇਰੇ ਕੋਲ ਤੇ ਲਸ਼ਕਰ ਆ, ਮੈਂ ਕੱਲਾ ਵਾਂ ਤਾਂ ਵੀ ਨਹੀਂ ਮੈਂ ਡਰਦਾ, ਇਸ ਤਰ੍ਹਾਂ ਤੂੰ ਮੈਨੂੰ ਦਬਾ ਨਹੀਂ ਸਕਦਾ, ਮੇਰੀ ਆਵਾਜ਼ ਨਹੀਂ ਬੰਦ ਕਰ ਸਕਦਾ, ਮੇਰੀ ਤੈਨੂੰ ਸਲਾਹ ਹੈ ਕਿ ਨੁਕਸ ਸੁਣਨੇ ਸਿੱਖ, ਨੁਕਸ ਦੂਰ ਕਰਨੇ ਸਿੱਖ, ਨਾ ਕਿ ਕੰਨ ਬੰਦ ਕਰਨੇ ਤੇ ਨਾ ਕਿ ਲੋਕਾਂ ਦੀ ਆਵਾਜ਼ ਬੰਦ ਕਰਨੀ ਸਿੱਖ, ਆਪਣੇ ਆਪ ਦੇ ਵਿੱਚ ਗਲਤੀਆਂ ਨੂੰ ਸੁਧਾਰ, ਤੇਰੀ ਪੁਲਿਸ ਦੀ ਨਲੈਕੀ ਦੱਸਾਂ ਕਿ ਹੜਬੜੀ 'ਚ ਕੋ ਕਰਨ ਕੀ ਆਈ, ਹੜਬੜੀ ਇੰਨੀ ਸੀਗੀ ਤੁਹਾਨੂੰ 15-20 ਮਿੰਟਾਂ 'ਚ ਇੰਨੀ ਹੜਬੜੀ ਪੈ ਗਈ, 15 ਮਿੰਟ ਦੇ ਵਿੱਚ ਮੇਰੇ ਗਨਮੈਨ ਵਾਪਸ ਹੋ ਜਾਂਦੇ ਆ, ਉਸ ਤੋਂ ਬਾਅਦ ਦੋ ਥਾਣੇਦਾਰ ਤੇਰੇ ਮੇਰੇ ਕੋਲ ਫਿਰ ਆਉਂਦੇ ਉਸ ਥਾਣੇ ਦੇ ਵਿੱਚੋਂ ਮੇਰੇ ਬਿਆਨ ਲਿਖਣ ਲਈ ਕਿ ਤੁਹਾਡੇ ਕੋਲ 6 ਬੰਦੇ ਹਨ, ਕਿ 6 ਬੰਦਿਆਂ ਤੋਂ ਬਿਨਾਂ ਤੁਹਾਨੂੰ ਹੋਰ ਸੁਰੱਖਿਆ ਚਾਹੀਦੀ ਹੈ, ਸਾਨੂੰ ਅਫਸਰਾਂ ਨੇ ਭੇਜਿਆ ਕਿ ਉਹਨਾਂ ਦੇ ਬਿਆਨ ਲਿਖ ਕੇ ਆਓ, ਫਿਰ ਮੈਂ ਬਿਆਨ ਕੀ ਲਿਖਾਉਣਾ ਵਾ, ਕੰਨ ਖੋਲ ਕੇ ਸੁਣ ਭਗਵੰਤ ਸਿੰਘ ਮਾਨ, ਕਿ ਮੈਂ ਪਿਛਲੇ ਸਾਲ ਸੋਸ਼ਲ ਮੀਡੀਆ ਦੇ ਉੱਤੇ ਮੈਨੂੰ ਬਹੁਤ ਸਾਰੀਆਂ ਧਮਕੀਆਂ ਜਿਹੜੀਆਂ ਆ ਰਹੀਆਂ ਸੀ, ਮੇਰੇ ਖਿਲਾਫ ਸਾਰਾ ਪ੍ਰਚਾਰ ਵੇਖ ਕੇ ਮੈਨੂੰ ਮੁੱਖ ਮੰਤਰੀ ਦੇ OSD ਦਾ ਫੋਨ ਆਉਂਦਾ ਜਦੋਂ ਮੈਂ ਕੈਨੇਡਾ 'ਚ ਹੁੰਦਾ, ਮੈਂ ਬਿਆਨ ਲਿਖਾਏ ਆ ਕਿ ਜਦੋਂ ਮੈਂ ਕੈਨੇਡਾ ਦੇ ਵਿੱਚ ਹੁੰਦਾ ਵਾਂ ਤੇ ਮੈਨੂੰ ਮੁੱਖ ਮੰਤਰੀ ਦੇ OSD ਦਾ ਫੋਨ ਆਉਂਦਾ ਕਿ ਤੁਹਾਨੂੰ ਖਤਰਾ ਹੈ ਜਦੋਂ ਤੁਸੀਂ ਇੰਡੀਆ ਦੇ ਵਿੱਚ ਆਉਣਾ ਤੇ ਤੁਹਾਡੀ ਸੁਰੱਖਿਆ ਦਾ ਪ੍ਰਬੰਧ ਕਰ ਦਿੱਤਾ ਗਿਆ, ਤੁਹਾਨੂੰ 6 ਬੰਦੇ ਜਿਹੜੇ ਉਹ ਇੰਡੀਆ ਆਉਂਦਿਆਂ ਹੀ ਮਿਲ ਜਾਣਗੇ। ਉਸ ਤੋਂ ਬਾਅਦ ਮੁੱਖ ਮੰਤਰੀ ਮੈਨੂੰ ਖੁਦ ਫੋਨ ਕਰਕੇ ਕਹਿੰਦੇ ਮੇਰੇ ਬਿਆਨ ਸੁਣ, ਤੂੰ ਤੇਰਾ ਜਿਹੜਾ ਥਾਣੇਦਾਰ ਬਿਆਨ ਲਿਖਦਾ ਸੀ ਨਾ ਉਹਦੇ ਹੱਥ ਕੰਬਦੇ ਸੀਗੇ, ਉਹਨੂੰ ਮੈਂ ਕਿਹਾ ਲਿਖ ਜੇ ਲਿਖਣਾ ਆਇਆ, ਤੇ ਉਸ ਤੋਂ ਬਾਅਦ ਮੈਂ ਲਿਖਾਇਆ ਉਹਦੇ ਵਿੱਚ ਕਿ ਮੁੱਖ ਮੰਤਰੀ ਮੈਨੂੰ ਖੁਦ ਫੋਨ ਕਰਦੇ ਨੇ ਔਰ ਮੈਨੂੰ ਕਹਿੰਦੇ ਨੇ ਕਿ ਮੈਂ ਤੁਹਾਡੇ ਬਾਰੇ ਰਿਪੋਰਟ ਲਈ ਹੈ ਔਰ ਸੋਸ਼ਲ ਮੀਡੀਆ ਦੇ ਉੱਤੇ ਸਾਰਾ ਕੁਝ ਵੇਖ ਰਿਹਾ ਵਾਂ, ਤੁਹਾਨੂੰ ਵਾਕਿਆ 'ਚ ਬਹੁਤ ਜ਼ਿਆਦਾ ਖਤਰਾ ਹੈ, ਤੁਸੀਂ ਧਿਆਨ ਨਾਲ ਰਹੋ, ਜਿੱਥੇ ਕਿਤੇ ਮੇਰੀ ਲੋੜ ਹੈ ਮੈਨੂੰ ਦੱਸੋ ਇਸ ਮਸਲੇ ਦੇ ਉੱਤੇ। ਉਸ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਮੈਨੂੰ ਅੰਮ੍ਰਿਤਸਰ ਦੇ ਤਾਜ ਹੋਟਲ 'ਚ ਬੁਲਾਉਂਦੇ ਨੇ ਔਰ ਮੈਨੂੰ ਕਹਿੰਦੇ ਨੇ ਕਿ ਮੈਂ ਸਾਰਾ ਕੁਝ ਵਾਚਦਾ ਰਹਿੰਦਾ, ਤੁਸੀਂ ਬਹੁਤ ਜ਼ਿਆਦਾ ਆਵਾਜ਼ ਬੁਲੰਦ ਕਰਦੇ ਹੋ ਮਾਫੀਆ ਦੇ ਖਿਲਾਫ, ਮੈਂ ਵੀ ਕੋਸ਼ਿਸ਼ ਕਰਦਾ ਇਹਨੂੰ ਸੁਧਾਰਨ ਦੀ। ਇਹ ਮੁੱਖ ਮੰਤਰੀ ਸਾਹਿਬ ਨੇ ਮੈਨੂੰ ਕਿਹਾ ਕਿ ਕਿਉਂ ਨਾ ਤੁਹਾਡੀ ਸਿਕਿਉਰਿਟੀ ਹੋਰ ਵਧਾ ਦਿੱਤੀ ਜਾਵੇ, ਤੁਹਾਡੇ ਘਰ ਦੇ ਬਾਹਰ ਗਾਰਡ ਲਾ ਦਿੱਤੀ ਜਾਵੇ, ਤੁਹਾਨੂੰ ਸਰਕਾਰੀ ਗੱਡੀ ਦੇ ਦਿੱਤੀ ਜਾਵੇ, ਤੇ ਮੈਂ ਮੁੱਖ ਮੰਤਰੀ ਸਾਹਿਬ ਨੂੰ ਕਿਹਾ ਕਿ ਮੈਨੂੰ ਹੋਰ ਸੁਰੱਖਿਆ ਦੀ ਲੋੜ ਨਹੀਂ, ਮੈਨੂੰ ਸਰਕਾਰੀ ਗੱਡੀਆਂ ਦੀ ਲੋੜ ਨਹੀਂ, ਮੈਂ ਸਰਕਾਰੀ ਟਾਊਟ ਨਹੀਂ ਬਣਨਾ ਚਾਹੁੰਦਾ, ਜਿੰਨੀ ਸੁਰੱਖਿਆ ਮੇਰੇ ਨਾਲ ਲੱਗੀ ਆ ਉਹ ਸਫੀਸ਼ੈਂਟ ਹੈ, ਮੈਂ ਉਹਦੇ ਨਾਲ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦਾ। ਮੇਰੀ ਇੱਕ ਸੋਚ ਸੀ, ਮੈਂ ਲਿਖਾਇਆ ਉਹਨਾਂ ਬਿਆਨਾਂ ਦੇ ਵਿੱਚ ਕਿ ਜਦੋਂ ਸਰਕਾਰ ਨਵੀਂ ਆਈ ਸੀ, ਪੰਜਾਬ ਦਾ ਤਾਣਾ ਬਾਣਾ ਜਿਹੜਾ ਬਹੁਤ ਵਿਗੜਿਆ, ਨਵੀਂ ਸਰਕਾਰ ਨੂੰ ਸਾਲ 1.5 ਸਾਲ ਦਾ ਸਮਾਂ ਦੇਣਾ ਚਾਹੀਦਾ, ਜਦੋਂ ਕੁਛ ਨਹੀਂ ਸੁਧਰਿਆ ਮੈਂ ਮਹਿਸੂਸ ਕੀਤਾ ਮਾਫੀਆ ਪੰਜਾਬ 'ਚ ਟੁੱਟਾ ਹੀ ਨਹੀਂ, ਪੰਜਾਬ ਨੂੰ ਲੁੱਟਣ ਵਾਲੇ ਲੋਕ ਅੰਦਰ ਡੱਕੇ ਹੀ ਨਹੀਂ ਗਏ, ਤੇ ਮੈਂ ਸਰਕਾਰ ਤੇ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ ਬੋਲਣਾ ਸ਼ੁਰੂ ਕਰ ਦਿੱਤਾ, ਤੇ ਮੁੱਖ ਮੰਤਰੀ ਦੇ ਬਹੁਤ ਸਾਰੇ ਕਰੀਬੀਆਂ ਵੱਲੋਂ ਮੈਨੂੰ ਬਹੁਤ ਸੁਨੇਹ ਆ ਰਹੇ ਸੀ ਪਿਛਲੇ 3-4 ਮਹੀਨਿਆਂ ਤੋਂ ਕਿ ਤੁਹਾਡੀ ਸੁਰੱਖਿਆ ਜਿਹੜੀ ਵਾਪਸ ਲੈ ਲਈ ਜਾਏਗੀ, ਐਵੇਂ ਤੁਹਾਨੂੰ ਕਿਸੇ ਝੂਠੇ ਕੇਸ 'ਚ ਫਸਾ ਦਿੱਤਾ ਜਾਏਗਾ, ਸੋ ਤੁਸੀਂ ਮੁੱਖ ਮੰਤਰੀ ਦੇ ਖਿਲਾਫ ਬੋਲਣਾ ਜਿਹੜਾ ਬੰਦ ਕਰ ਦਿਓ। ਤੇ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਆਪਦੀ ਆਵਾਜ਼ ਹਮੇਸ਼ਾ ਹੀ ਬੁਲੰਦ ਰੱਖੀ ਹੈ ਔਰ ਇਹ ਹਮੇਸ਼ਾ ਬੁਲੰਦ ਰਹੂਗੀ, ਤੁਸੀਂ ਚੰਗੇ ਕੰਮ ਕਰੋਗੇ ਤੇ ਚੰਗੀ ਤਰ੍ਹਾਂ ਬੋਲੂੰਗਾ, ਮਾੜੇ ਕਹੋਗੇ ਤੇ ਮਾੜੇ ਲੋਕਾਂ ਨੂੰ ਦੱਸੂੰਗਾ, ਸੋ ਮੇਰੇ ਵੱਲੋਂ ਤੁਸੀਂ ਗਨਮੈਨ ਵਾਪਸ ਲੈਣੇ ਆ ਵਾਪਸ ਲੈ ਲਓ, ਜੋ ਤੁਹਾਡੇ ਮਨ ਦੇ ਵਿੱਚ ਆਉਂਦਾ ਤੁਸੀਂ ਕਰੋ। ਇਹ ਮੈਂ ਆਪਣੇ ਬਿਆਨਾਂ 'ਚ ਲਿਖਾਇਆ ਕਿ ਮੈਂ ਆਪਣੀ ਆਵਾਜ਼ ਜਿਹੜੀ ਬੁਲੰਦ ਰੱਖੀ ਅੱਜ ਨਿੱਜੀ ਕਿੜ ਕਰਕੇ 15 ਮਿੰਟਾਂ ਦੇ ਵਿੱਚ, ਮਹਿਜ਼ 15 ਮਿੰਟਾਂ ਦੇ ਵਿੱਚ ਮੇਰੀ ਜਿਹੜੀ ਸਾਰੀ ਸਿਕਿਉਰਿਟੀ ਜਿਹੜੀ ਵਾਪਸ ਲੈ ਲਈ ਗਈ ਔਰ ਉਹਨਾਂ ਬਿਆਨਾਂ 'ਚ ਮੈਂ ਲਿਖਾਇਆ
ਕਿ ਅੱਜ ਤੋਂ ਬਾਅਦ ਮੇਰਾ ਜਾਂ ਮੇਰੇ ਪਰਿਵਾਰ ਦਾ ਕੋਈ ਨੁਕਸਾਨ ਹੁੰਦਾ ਤੇ ਉਹਦਾ ਸਿੱਧਾ ਸਿੱਧਾ ਜ਼ਿੰਮੇਵਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜਾ ਹੋਊਗਾ। ਤੇ ਉਹਦੇ ਨਾਲ ਨਾਲ ਜਦੋਂ ਮੈਂ ਕਿਹਾ ਬਿਆਨਾਂ ਦੇ ਉੱਤੇ ਰਸੀਦ ਦੇ ਕੇ ਜਾਓ ਥਾਣੇਦਾਰ ਸਾਹਿਬ, ਤੇ ਉਹ ਕੰਬਦਾ ਸੀਗਾ, ਆਪਣੇ ਅਫਸਰਾਂ ਨਾਲ ਮੇਰੀ ਗੱਲ ਕਰਾਉਂਦਾ ਸੀਗਾ। ਉਸ ਤੋਂ ਬਾਅਦ ਮੈਂ ਉਹਦੇ ਕੋਲ ਰਸੀਦ ਲਈ ਆਵੇ ਵੀ ਇਹਨੂੰ ਡਾਇਰੀ ਕਰਦੀ ਯਾਦ ਦੇ ਨਾਲ ਜਾ ਕੇ ਆਪਦੇ ਸਾਈਨ ਨੇ ਆਹ ਸਾਈਨ ਲੈ ਕੇ ਮੈਂ ਰੱਖੇ ਆ ਬਿਆਨ ਵੀ ਇਹਨਾਂ ਨੂੰ ਦਰਜ ਕਰ। ਹੁਣ ਉੱਥੇ ਜਾ ਕੇ ਮੇਰਾ ਇੱਕ ਛੋਟਾ ਜਿਹਾ ਸਵਾਲ ਹੈ ਤੁਹਾਨੂੰ ਮਾਨ ਸਾਹਿਬ ਤੇ ਤੁਹਾਡੇ DGP ਸਾਹਿਬ ਨੂੰ ਕਿ ਹਾਈ ਕੋਰਟ ਦੇ ਹੁਕਮਾਂ ਦਾ ਹਵਾਲਾ ਦੇ ਕੇ ਝਾੜੂ ਵਾਲਿਆਂ ਦੇ ਕਿੰਨੇ ਗਨਮੈਨ ਵਾਪਸ ਲਏ, BJP ਵਾਲਿਆਂ ਦੇ ਕਿੰਨੇ ਗਨਮੈਨ ਵਾਪਸ ਲਏ ਜਿਨ੍ਹਾਂ ਨਾਲ ਤੁਸੀਂ ਰਲ ਕੇ ਗੇਮ ਖੇਡਦੇ ਹੋ, ਨੂਰਾ ਕੁਸ਼ਤੀ ਖੇਡਦੇ ਹੋ, ਆਪਣੇ ਪਰਿਵਾਰ ਕੋਲੋਂ ਕਿੰਨੇ ਗਨਮੈਨ ਵਾਪਸ ਲਏ, ਕਾਂਗਰਸ 'ਚ ਆਪਣੇ ਯਾਰਾਂ ਕੋਲੋਂ ਕਿੰਨੇ ਗਨਮੈਨ ਵਾਪਸ ਲਏ, ਇਹਦੀ ਡਿਟੇਲ ਦਓਗੇ, ਇਹਦੀ ਡਿਟੇਲ ਦੁਬਾਰਾ ਅਖਬਾਰ 'ਚ ਤੁਸੀਂ ਦਿਓਗੇ, ਇਹਨੂੰ ਜਾਰੀ ਕਰੋਗੇ। ਪੰਜਾਬ ਨੂੰ ਲੁੱਟਣ ਤੇ ਕੁੱਟਣ ਵਾਲਿਆਂ ਨੂੰ 100-100 ਗਨਮੈਨ ਤੇ ਪੰਜਾਬ ਦੀ ਗੱਲ ਕਰਨ ਵਾਲਿਆਂ ਨੂੰ ਤੁਸੀਂ ਮੌਤ ਦੇ ਮੂੰਹ ਦੇ ਵਿੱਚ ਸੁੱਟ ਰਹੇ ਹੋ। ਮੈਂ ਤੁਹਾਨੂੰ ਇੱਕ ਗੱਲ ਕਹਿਣੀ ਚਾਹੁੰਦਾ, ਜਿੰਨੇ ਚਾਲ ਆਉਣੇ ਲਾ ਲਓ, ਮੈਂ ਪਿਆਰ ਨਾਲ ਝੁਕਣ ਵਾਲਾ ਬੰਦਾ, ਨਾ ਮੈਂ ਡਰਿਆ ਕਿਸੇ ਤੋਂ, ਨਾ ਮੈਂ ਝੁਕਿਆ ਵਾਂ। ਇਸ ਪੰਜਾਬ ਲਈ, ਇਸ ਦੇਸ਼ ਲਈ ਮਰਨਾ, ਜਦੋਂ ਮੌਤ ਆਊਗੀ ਇਹਦੇ ਲਈ ਆਊਗੀ। ਮੈਂ ਕੋਈ ਵਿਰੋਧੀ ਪਾਰਟੀ ਨਹੀਂ, ਹਮੇਸ਼ਾ ਜਦੋਂ ਤੁਸੀਂ ਮਾੜਾ ਕੰਮ ਕਰੋਗੇ ਮਾੜਾ ਬੋਲੂੰਗਾ, ਚੰਗਾ ਕਰੋਗੇ ਚੰਗਾ ਬੋਲੂੰਗਾ। ਮੇਰਾ ਟੀਚਾ ਨਹੀਂ ਵਿਰੋਧੀ ਤੇ ਰੰਗੂ ਕਿ ਸਿਰਫ ਭੰਡੀ ਜਾਣਾ ਵਾਂ, ਤੂੰ ਮੈਨੂੰ ਚੁੱਪ ਕਰਾਉਣ ਲਈ ਜਿੰਨਾ ਜ਼ੋਰ ਲਾਉਣਾ ਲਾ ਲਾ। ਮੈਂ 4 ਲੈਣਾ ਸ਼ਹੀਦ ਭਗਤ ਸਿੰਘ ਦੀਆਂ ਤੇਰੇ ਲਈ, ਤੂੰ ਬੜਾ ਸ਼ਹੀਦ ਭਗਤ ਸਿੰਘ ਨੂੰ ਯਾਦ ਕਰਦਾ ਹੈ ਨਾ, ਉੱਥੇ ਜਾ ਕੇ ਸਹੁੰ ਚੁੱਕੀ ਸੀ ਨਾ, ਮੈਂ ਵੀ ਉਸੇ ਦਾ ਹੀ ਪਾਸ ਕਿਹਾ ਕਿ ਤੇਰੇ ਲਈ ਇਹ 4 ਲੈਣਾ ਕਿ ਉਹਨੇ ਇਹ ਫਿਕਰ ਹੈ, ਉਹਨੇ ਯੇ ਫਿਕਰ ਹੈ, ਹਰ ਦਮ ਨਈ ਤਰਜੇ ਜ਼ਫਾ ਕਿਆ ਹੈ, ਉਹਨੇ ਯੇ ਫਿਕਰ ਹੈ, ਹਰ ਦਮ ਨਈ ਤਰਜੇ ਜ਼ਫਾ ਕਿਆ ਹੈ, ਹਮੇ ਯੇ ਸ਼ੌਕ ਹੈ, ਦੇਖੇ ਸਿਤਮ ਕੀ ਇੰਤਹਾ ਕਿਆ ਹੈ, ਗੁਨਾਹਗਾਰੋ ਮੇ ਸ਼ਾਮਿਲ ਹੈ, ਗੁਨਾਹੋਂ ਸੇ ਨਹੀਂ ਵਾਕਬ, ਸਜ਼ਾ ਕੋ ਜਾਣਤੇ ਹੈ ਹਮ, ਖੁਦਾ ਜਾਣੇ ਖਤਾ ਕਿਆ ਹੈ। ਮੈਨੂੰ ਆਪਣੀ ਗਲਤੀ ਨਹੀਂ ਪਤਾ, ਤੂੰ ਜਿੰਨੀਆਂ ਮਰਜ਼ੀ ਸਜ਼ਾਵਾਂ ਸੁਣਾ ਲਾ, ਜਿੰਨੀਆਂ ਮਰਜ਼ੀ ਸਾਜ਼ਿਸ਼ਾਂ ਰਚ ਲਾ, ਜੋ ਮਰਜ਼ੀ ਮੇਰੇ ਨਾਲ ਕਰੀ ਜਾ, ਮੈਂ ਇਹਨਾਂ ਚੀਜ਼ਾਂ ਤੋਂ ਡਰਨ ਵਾਲਾ ਨਹੀਂ। ਔਰ ਅਖੀਰ 'ਚ ਮੈਂ ਪੰਜਾਬ ਦੇ ਲੋਕਾਂ ਨੂੰ ਵੀ ਇੱਕ ਹੱਥ ਜੋੜ ਕੇ ਅਪੀਲ ਕਰਦਾ ਕਿ ਜੇ ਤੁਹਾਨੂੰ ਲੱਗੇ ਮੈਂ ਆਪਣੇ ਜੀਵਨ ਦੇ ਵਿੱਚ, ਮੈਂ ਪਿਛਲੇ ਸਮੇਂ ਦੌਰਾਨ ਪੰਜਾਬ ਲਈ ਕੁਝ ਕੀਤਾ, ਪੰਜਾਬ ਦੇ ਹੱਕਾਂ ਲਈ ਲੜਿਆ, ਪੰਜਾਬ ਦੇ ਲੋਕਾਂ ਲਈ ਕੁਝ ਕੀਤਾ, ਤੇ ਇੱਕ ਗੱਲ ਹਮੇਸ਼ਾ ਯਾਦ ਰੱਖਿਓ, ਜੇ ਮੈਨੂੰ ਕਿਸੇ ਨੇ ਮਾਰ ਦਿੱਤਾ ਔਰ ਮੈਨੂੰ ਇਹਨੂੰ ਲਾਉਣ ਤੱਕ ਮੁੱਖ ਮੰਤਰੀ ਨੂੰ ਮੈਨੂੰ ਫੂਕਿਓ ਨਾ, ਇਹ ਮੇਰੀ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ, ਤਾਂ ਜੋ ਇਹਦੇ ਹੱਥੋਂ ਕੋ ਪੰਜਾਬ ਦਾ ਹੋਰ ਪੁੱਤ ਕਤਲ ਨਾ ਆਵੇ, ਇਹਨੂੰ ਅਕਲ ਆ ਜਾਏ, ਇਹਨੂੰ ਗੱਦੀ ਤੋਂ ਲਾਹ ਕੇ ਮੈਨੂੰ ਜ਼ਰੂਰ ਫੂਕਿਓ ਜਿੰਨਾ ਚਿਰ ਮੈਨੂੰ ਮਰਜ਼ੀ ਰੱਖਣਾ ਪਵੇ। ਔਰ ਇਹ ਮੈਸੇਜ, ਇੱਕ ਗਾਣਾ ਹਮੇਸ਼ਾ ਹੀ ਸੁਣਦਾ ਰਹਿੰਦਾ ਵਾਂ, ਭਗਵੰਤ ਮਾਨ, ਮੈਂ ਤੈਨੂੰ ਕਹਿਣ ਲੱਗਾ ਵਾਂ, ਇਹ ਲੈਣਾ ਤੈਨੂੰ ਮੈਂ ਦੱਸਣ ਲੱਗਾ ਵੀ ਪੰਜਾਬ ਦੇ ਲੋਕ ਮੇਰੀ ਗੱਲ ਯਾਦ ਰੱਖਣਗੇ ਔਰ ਤੂੰ ਵੀ ਯਾਦ ਰੱਖੇਗਾ ਕਿ ਜ਼ਿੰਦਗੀ ਤੋਂ ਮੌਤ ਤਾਂ ਹੀ, ਅਖੀਰ 'ਚ ਮੈਂ ਕਹਿ ਕੇ ਸਮਾਪਤੀ ਕਰਨ ਲੱਗਾ ਕਿ ਜ਼ਿੰਦਗੀ ਤੋਂ ਮੌਤ ਤਾਂ ਹੀ, ਆਉਂਦੇ ਬੜੇ ਚਿਰਾਹੇ, ਜਿਸ ਦਾ ਹੈ ਪੰਦ ਵਿਖੜਾ ਉਸੇ ਹੀ ਰਾਹ ਲਜਾਇਓ, ਮੇਰੇ ਲਹੂ ਦਾ ਕੇਸਰ ਰੇਤੇ 'ਚ ਨਾ ਰਲਾਇਓ, ਮੇਰੀ ਮੌਤ 'ਤੇ ਨਾ ਰੋਇਓ, ਮੇਰੀ ਸੋਚ ਨੂੰ ਬਚਾਇਓ।